ਪੰਜਾਬ ਸਰਕਾਰ ਨਿਰਦੋਸ਼ ਵਿਅਕਤੀਆਂ ਉੱਪਰ ਬਣਾ ਰਹੀ ਹੈ ਝੂਠੇ ਮੁਕੱਦਮੇ। ਲੱਖਾ ਸਿਧਾਣਾ ਗੈਂਗਸਟਰ ਤੋਂ ਸਮਾਜ ਸੇਵਕ ਬਣੇ ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬੇਕਸੂਰ ਨੌਜਵਾਨਾਂ 'ਤੇ ਝੂਠੇ ਮੁਕੱਦਮੇ ਦਰਜ ਕਰਵਾ ਰਹੀ ਹੈ। ਸੋ ਅਸੀਂ 1 ਤਰੀਕ ਨੂੰ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ, ਤੁਹਾਨੂੰ ਪਤਾ ਹੀ ਹੈ ਕਿ ਸਾਡੇ ਵਿਛਾੜਾਂ ਮਾਰੀਆਂ ਗਈਆਂ, ਸੁੱਟੀਆਂ ਵੀ ਚਲਾਈਆਂ ਗਈਆਂ, ਡਾਂਗਾਂ ਵੀ ਚਲਾਈਆਂ ਗਈਆਂ। ਤੋ ਉਸ ਤੋਂ ਬਾਅਦ ਸਾਨੂੰ ਰਾਜਪਾਲ ਹਾਊਸ ਵੱਲੋਂ ਜਿਹੜਾ ਇੱਕ ਗਿਆ ਸੀਗਾ, ਮੇਲ ਗਈ ਸੀਗਾ, ਸੱਦਾ ਪੱਤਰ ਗਿਆ ਸੀ, ਉਸ ਸੰਬੰਧ 'ਚ ਅਸੀਂ ਅੱਜ ਮਿਲੇ ਹਾਂ। ਪੰਜਾਬੀ ਬੋਲੀ ਨੂੰ ਲੈ ਕੇ, ਚੰਡੀਗੜ੍ਹ ਨੂੰ ਲੈ ਕੇ ਅਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਅਤੇ ਜੋ ਪੰਜਾਬ ਦੇ ਵਿੱਚ ਜਿਹੜਾ ਨਜਾਇਜ਼ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਨਜਾਇਜ਼ ਫਸਾਇਆ ਜਾ ਰਿਹਾ, ਤਸ਼ੱਦਦ ਕੀਤਾ ਜਾ ਰਿਹਾ, ਇਹ ਸਾਰੀਆਂ ਗੱਲਾਂ ਅੱਜ ਅਸੀਂ ਰਾਜਪਾਲ ਨਾਲ ਬੈਠ ਕੇ ਕਰਕੇ ਆਏ ਹਾਂ। ਪਹਿਲੀ ਗੱਲ ਕਿ ਇਹੀ ਸੀਗੀ ਸਾਡੀ, ਜਿਹੜੀ ਚੰਡੀਗੜ੍ਹ ਹੈ ਪੱਕੀ ਰਾਜਧਾਨੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਪੰਜਾਬੀ ਬੋਲੀ ਦਾ ਘਾਣ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਸਕੂਲਾਂ 'ਚ ਜਾਂ ਸਰਕਾਰੀ ਦਫ਼ਤਰਾਂ 'ਚ ਜਾਂ ਸੜਕਾਂ ਦੇ ਉੱਤੇ ਜਾਂ ਚੰਡੀਗੜ੍ਹ ਦੇ ਵਿੱਚ ਵੀ ਇਹੀ ਹਾਲਾਤ ਬਣੇ ਹੋਏ ਨੇ ਕਿ ਪੰਜਾਬੀ ਬਿਲਕੁਲ ਹੀ ਖਤਮ ਕੀਤੀ ਜਾ ਰਹੀ ਹੈ। ਸੋ ਉਸ ਸੰਬੰਧ 'ਚ ਅਸੀਂ ਇਹ ਜਿਹੜੀਆਂ ਗੱਲਾਂ ਬਾਤਾਂ ਉਹ ਰਾਜਪਾਲ ਨਾਲ ਸਾਂਝੀਆਂ ਕੀਤੀਆਂ ਨੇ। ਸੋ ਉਹਨਾਂ ਨੇ ਕਿਹਾ ਵੀ ਹੈ ਕਿ ਠੀਕ ਹੈ, ਇਹ ਭਰੋਸਾ ਵੀ ਦਿੱਤਾ ਕਿ ਅਸੀਂ ਜਿਹੜੀ ਤੁਹਾਡੀ ਇਹ ਮੰਗ ਹੈ ਇਹਨੂੰ ਮੈਂ ਜਿਹੜੀ ਤਾਂ ਹੈਗੀ ਚੰਡੀਗੜ੍ਹ ਨਾਲ ਜੁੜੀ ਹੋਈ ਮੰਗ ਉਹਨੂੰ ਮੈਂ ਸੈਂਟਰ ਤੱਕ ਪਹੁੰਚਾਵਾਂਗਾ, ਅਤੇ ਜਿਹੜੀ ਪੰਜਾਬ ਨਾਲ ਜੁੜੀ ਹੋਈ ਮੰਗ ਹੈ ਅਤੇ ਉਹ ਮੈਂ ਪੰਜਾਬ ਦੇ ਮੁੱਖ ਮੰਤਰੀ ਨਾਲ ਇਹ ਵਿਚਾਰ ਵਟਾਂਦਰਾ ਸਾਂਝਾ ਕਰਕੇ ਜਿਹੜੀਆਂ ਵੀ ਸਮੱਸਿਆਵਾਂ ਹੈਗੀਆਂ ਨੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਲੈ ਕੇ ਉਹਨਾਂ ਨੂੰ ਹੱਲ ਕਰਾਂਗੇ। ਉਹ ਪੁੱਛ ਲਓ ਦੂਜਾ ਯਾਰ ਜਿਹੜਾ ਹੈਗਾ ਆਹ ਪੁੱਛ ਲਓ ਨਾ, ਸਿੱਖਾਂ ਨੂੰ ਟਾਰਗੇਟ ਵਾਲਾ ਪੁੱਛ ਲਓ, ਉਹ 'ਚ ਵਿੱਚ ਹੀ ਲਾਂਘੇ ਵਾਲਾ ਕਰ ਦੂੰਗਾ। ਜੋ ਘਟਨਾ ਹੋਈ ਹੈ ਬਹੁਤ ਮਾੜੀ ਹੈ, ਨਿੰਦਣਯੋਗ ਘਟਨਾ ਹੈ ਕਿ ਬੇਕਸੂਰ ਲੋਕ ਜਿਹੜੇ ਮਾਰੇ ਗਏ ਨੇ। ਸੋ ਪਰ ਉਹਦੇ 'ਚ ਇੱਕ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਸਿੱਖਾਂ ਨੂੰ ਬਣਾਇਆ ਜਾ ਰਿਹਾ, ਉਹ ਗਲਤ ਹੈ, ਠੀਕ ਹੈ ਨਾ। ਉਹ ਇਹ ਹੁਣ ਇਹ ਕਹਿ ਰਹੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਵੀ ਬਿਆਨ ਹੈ ਕਿ ਜੀ ਹੈਂਡ ਗ੍ਰਨੇਡ ਜਿਹੜੀ ਉਹ 'ਤੇ ਮੋਹਰ ਲੱਗੀ ਸੀ ਪਾਕਿਸਤਾਨ ਦੀ, ਮੋਹਰ ਜਿੱਥੋਂ ਮਰਜ਼ੀ ਬਣਾ ਲਓ। ਮੈਂ ਸਮਝਦਾ ਕਿ ਉਹ ਜਿਹੜੀ ਸਾਜ਼ਿਸ਼ ਏਜੰਸੀਆਂ ਦੀ ਚਾਲ ਹੈ। 2 ਦਿਨ ਪਹਿਲਾਂ ਭਾਰਤ ਦੇ ਆਰਮੀ ਦੇ ਚੀਫ ਦਾ ਬਿਆਨ ਆਉਂਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਸਰ ਚੱਕ ਰਹੇ ਨੇ, ਪੰਜਾਬ 'ਚ ਮਾਹੌਲ ਖਰਾਬ ਹੋਣ ਦਾ ਜਿਹੜਾ ਡਰ ਬਣਿਆ ਹੋਇਆ। ਉਸ ਤੋਂ ਬਾਅਦ ਇਹ ਘਟਨਾ ਵਾਪਰ ਜਾਂਦੀ ਹੈ, 1 ਦਿਨ ਬਾਅਦ ਹੀ ਉਹ ਬੰਦੇ ਫੜੇ ਜਾਂਦੇ ਨੇ। ਸਾਰਾ ਘਟਨਾਕ੍ਰਮ ਇੱਕ ਫਿਲਮੀ ਹੈ। ਇੱਥੋਂ ਪਤਾ ਲੱਗਦਾ ਕਿ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ, ਪੰਜਾਬ ਦੇ ਨੌਜਵਾਨਾਂ ਦੇ ਵਿੱਚ, ਖਾਸ ਕਰਕੇ ਹਿੰਦੂ ਤਬਕੇ ਦੇ ਵਿੱਚ ਕਿ ਆਹ ਦੇਖੋ ਜੀ ਖਾਲਿਸਤਾਨੀ ਸਿਰ ਚੱਕ ਰਹੇ ਨੇ, ਖਾਲਿਸਤਾਨੀ ਬਲਾਸਟ ਕਰ ਰਹੇ ਨੇ, ਖਾਲਿਸਤਾਨੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਾਂ ਡੇਰਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ, ਅਤੇ ਅਸੀਂ ਆਹ ਦੇਖ ਲਓ 1 ਦਿਨ 'ਚ ਹੀ ਫੜ ਲਏ। ਉਹ ਪਿੰਡ ਦੇ ਰੌਲਾ ਪਾਈ ਜਾਂਦੇ ਉਹਨਾਂ ਨੇ ਲੋਕ ਵੀ ਇਹ ਮੁੰਡਾ ਕਣਕ ਬੀਜਦਾ ਅਸੀਂ ਘਰੋਂ ਚੱਕ ਕੇ ਲਿਜਾ ਕੇ ਪਰਚਾ ਦੇਤਾ। ਉਹ ਕਹਿੰਦੇ ਮੰਨ ਰਿਹਾ, ਮੁੜ ਕੇ ਥੋੜ੍ਹਾ ਮੀਡੀਆ ਦੇ ਸਾਹਮਣੇ ਕਰ ਦਿੰਦੇ ਆ, ਬਿਆਨ ਦਵਾ ਦਿੰਦੇ ਆ ਵੀ ਆਹ ਦੇਖੋ ਜਿਹਦਾ ਮੰਨ ਰਿਹਾ। ਮੰਨਣ ਨੂੰ ਯਾਰ ਕੀ ਹੈ, ਜਿਹੜੇ ਬੰਦੇ ਨੂੰ ਤੁਸੀਂ ਫੜ ਕੇ ਉਹਦੀ ਕੁੱਟ ਕਟਾਪੇ ਜਾਂ ਹਿਸਾਬ ਨਾ ਕਰਨਾ, ਜੋ ਮਰਜ਼ੀ ਬਣਾਈ ਜਾਓ, ਜੋ ਮਰਜ਼ੀ ਬੁਲਾਈ ਜਾਓ। ਮੈਂ ਇੱਕ ਹੋਰ ਦੇਖਿਆ ਅੱਜ ਤੋਂ ਡਰਾਮਾ ਤੁਹਾਡਾ, ਮੀਡੀਆ ਦਾ ਬਹੁਤ ਇਹ ਮੈਂ ਕਹਿੰਦਾ ਬਹੁਤ ਨੈਗੇਟਿਵ ਰੋਲ ਨਿਭਾਉਂਦਾ ਮੀਡੀਆ ਕਿ ਤੁਸੀਂ ਬੰਦਾ ਦੋਸ਼ੀ ਨੂੰ ਸਾਬਤ ਹੋਣ ਦੀ ਪਹਿਲਾਂ ਹੀ ਮੋਹ ਠੱਪਾ ਲਾ ਦਿੰਦੇ ਹੋ ਵੀ ਆਹ ਦੇਖੋ ਜੀ ਇਹ ਸਿੱਖ ਅੱਤਵਾਦੀ ਆ। ਸੋ ਉੱਥੇ ਮੈਂ ਦੇਖ ਰਿਹਾ ਉਹ ਜਿਹੜੇ ਮੌਕੇ ਦੇ ਗਵਾਹ ਉਹ ਬਿਆਨ ਦਿੰਦੇ ਆ ਕਿ ਜਿਹੜੇ ਬੰਦੇ ਜੀ ਬੰਬ ਸਿੱਟਣ ਆਏ ਉਹ ਮੋਨੇ ਸੀ, ਸਿਰਾਂ ਦੇ ਰੁਮਾਲ ਸੀ। ਤੁਹਾਡੇ ਮੀਡੀਆ ਵਾਲੇ ਧੱਕੇ ਨਾਲ ਮੂੰਹ ਕਹਾਉਣ ਨੂੰ ਫਿਰਨ ਉਹਨਾਂ ਦੇ ਵੀ ਤੁਸੀਂ ਕਹੋ ਵੀ ਉਹਨਾਂ ਦੇ ਪੱਗ ਬੰਨੀ ਸੀ, ਦਾੜੀ ਰੱਖੀ ਸੀ, ਉਹ ਸਰਦਾਰ ਸੀ, ਉਹ ਸਿੱਖ ਸੀ। ਸੋ ਜਾਣਬੁੱਝ ਕੇ ਸਾਰਾ ਇੱਕ, ਮੈਂ ਭਾਰਤੀ ਮੀਡੀਆ ਦੀ ਗੱਲ ਕਰਦਾ ਕਿ ਭਾਰਤੀ ਮੀਡੀਆ ਹਮੇਸ਼ਾ ਘੱਟ ਗਿਣਤੀਆਂ ਨੂੰ ਆਪਣੇ ਨਿਸ਼ਾਨੇ 'ਤੇ ਰੱਖਦਾ, ਬਦਨਾਮ ਕਰਨ ਦੀ ਕੋਸ਼ਿਸ਼ ਹੁੰਦੀ ਹੈ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ, ਸਿੱਖਾਂ ਨੂੰ ਵੀ ਇਹ ਦੇਖੋ ਜੀ ਖਾਲਿਸਤਾਨੀ ਹੈ, ਅੱਤਵਾਦ ਫੈਲਾ ਰਹੇ ਆ। ਸੋ ਨਹੀਂ, ਇਹੋ ਜਿਹੀ ਪੰਜਾਬ ਦੇ ਵਿੱਚ ਐਸਾ ਕੋਈ ਮਾਹੌਲ ਨਹੀਂ ਹੈਗਾ।